ਪਰਮੇਸ਼ ਵਰਮਾ ਨੇ ਆਪਣੀ ਵਾਈਫ ਗੀਤ ਗਰੇਵਾਲ ਵਰਮਾ ਨੂੰ ਵਿਸ਼ ਕੀਤਾ ਮਦਰਸ ਡੇ। ਜੀ ਹਾਂ, ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬੀ ਸਿੰਗਰ ਜਾਂ ਪੰਜਾਬੀ ਐਕਟਰ ਆਪਣੀਆਂ ਮਦਰਸ ਨੂੰ ਤਾਂ ਮਦਰਸ ਡੇ ਵਿਸ਼ ਕਰਦੇ ਹੀ ਨੇ, ਬਟ ਪਰਮੇਸ਼ ਵਰਮਾ ਨੇ ਨਾਲ ਹੀ ਆਪਣੀ ਵਾਈਫ ਨੂੰ ਵੀ ਮਦਰਸ ਡੇ ਵਿਸ਼ ਕੀਤਾ, ਕਿਉਂਕਿ ਪਰਮੇਸ਼ ਵਰਮਾ ਦਾ ਮੰਨਣਾ ਹੈ ਕਿ ਉਹ ਵੀ ਇੱਕ ਮਦਰ ਨੇ ਤੇ ਉਹਨਾਂ ਦੀ ਬੇਟੀ ਦੀ ਕਾਫੀ ਜ਼ਿਆਦਾ ਕੇਅਰ ਕਰਦੇ ਨੇ ਤੇ ਆਪਣਾ ਕੰਮ ਵੀ ਕਰਦੇ ਨੇ, ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ ਅੱਗੇ ਨੇ। ਸੋ ਪਰਮੇਸ਼ ਵਰਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਪੈਸ਼ਲੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਦਕਿ ਗੀਤ ਗਰੇਵਾਲ ਨੂੰ ਇੱਕ ਸਰਟੀਫਿਕੇਟ ਜਾਂ ਡਿਗਰੀ ਦਿੱਤੀ ਜਾ ਰਹੀ ਹੈ, ਜਿੱਥੇ ਕਿ ਅਸੀਂ ਗੀਤ ਗਰੇਵਾਲ ਨੂੰ ਵੇਖ ਸਕਦੇ ਹਾਂ। ਸੋ ਦੱਸ ਦਈਏ ਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪਰਮੇਸ਼ ਵਰਮਾ ਨੇ ਆਪਣੀ ਵਾਈਫ ਗੀਤ ਗਰੇਵਾਲ ਵਰਮਾ ਦੇ ਲਈ ਕਾਫੀ ਪਿਆਰੀ ਕੈਪਸ਼ਨ ਵੀ ਲਿਖੀ ਹੈ ਤੇ ਨਾਲ ਹੀ ਅਸੀਂ ਇਹ ਵੀ ਦੇਖ ਸਕਦੇ ਹਾਂ ਤੇ ਜਦੋਂ ਕਿ ਪਰਮੇਸ਼ ਵਰਮਾ, ਗੀਤ ਗਰੇਵਾਲ ਤੇ ਉਹਨਾਂ ਦੀ ਬੇਟੀ ਇਕੱਠਿਆਂ ਫੋਟੋਜ਼ ਵੀ ਕਲਿੱਕ ਕਰਵਾ ਰਹੇ ਨੇ, ਨਾਲ ਹੀ ਪਰਮੇਸ਼ ਵਰਮਾ ਨੇ ਗੀਤ ਗਰੇਵਾਲ ਨੂੰ ਮਦਰਸ ਡੇ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਇਹ ਵੀ ਲੱਗਦੇ ਨੇ ਕਿ ਜ਼ਿੰਦਗੀ ਆਸਾਨ ਨਹੀਂ ਹੁੰਦੀ ਬਲਕਿ ਮਦਰਸ ਬਣਾ ਦਿੰਦੀਆਂ ਨੇ। ਵੈਲ, ਪਰਮੇਸ਼ ਵਰਮਾ ਦੇ ਵੱਲੋਂ ਅਜਿਹਾ ਲਿਖਣਾ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਪਰਮੇਸ਼ ਵਰਮਾ ਨੇ ਆਪਣੀ ਵਾਈਫ ਗੀਤ ਗਰੇਵਾਲ ਵਰਮਾ ਦੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣਾ ਗੀਤ ਨੀ ਕੁੜੀਏ ਤੂੰ ਪਲੇ ਵੀ ਕੀਤਾ ਹੈ, ਜਿਸ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ। ਪਰਮੇਸ਼ ਵਰਮਾ ਇੱਕ ਅਜਿਹੇ ਆਰਟਿਸਟ ਨੇ ਜਿਨ੍ਹਾਂ ਨੇ ਸਿਰਫ ਮੁੰਡਿਆਂ ਲਈ ਹੀ ਨਹੀਂ ਬਲਕਿ ਕੁੜੀਆਂ ਲਈ ਵੀ ਮੋਟੀਵੇਸ਼ਨਲ ਗੀਤ ਗਾਏ ਨੇ। ਸੋ ਪਰਮੇਸ਼ ਵਰਮਾ ਦੇ ਗੀਤ ਲੋਕਾਂ ਨੂੰ ਅਕਸਰ ਹੀ ਪਸੰਦ ਆਉਂਦੇ ਨੇ। ਵੈਲ, ਹੁਣ ਜੇਕਰ ਗੱਲ ਕਰੀਏ ਪਰਮੇਸ਼ ਵਰਮਾ ਵੱਲੋਂ ਸਾਂਝੀ ਕੀਤੀ ਗਈ ਉਸ ਪੋਸਟ ਲਈ, ਇਸ ਵੀਡੀਓ ਦੇ ਵਿੱਚ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਪਰਮੇਸ਼ ਵਰਮਾ ਕੈਪਸ਼ਨ 'ਚ ਲਿਖਦੇ ਨੇ, ਹੈਪੀ ਮਦਰਸ ਡੇ ਗੀਤ, ਯੂ ਆਰ ਲਾਈਟਿੰਗ ਦ ਪਾਥ ਫੋਰ ਅਰ ਲਿਟਲ ਗਰਲ ਵਿਦ ਲੈਂਪਸ ਆਫ ਯੋਰ ਹਾਰਡ ਵਰਕ ਐਂਡ ਕੰਟੀਨਿਊਸ ਡੈਡੀਕੇਸ਼ਨ। ਦਿਸ ਮਦਰਸ ਡੇ ਕ੍ਰੈਡਿਟਿੰਗ ਵਿਮੈਨ ਮਦਰਿੰਗ ਦੇਅਰ ਚਿਲਡਰਨ ਵਾਈਲ ਵਰਕਿੰਗ ਐਂਡ ਮੇਕਿੰਗ ਅ ਨੇਮ ਫੋਰ ਦੈਮਸੈਲਵਸ ਇਨ ਦੇਅਰ ਰਿਸਪੈਕਟਿਵ ਪ੍ਰੋਫੈਸ਼ਨਲ ਫੀਲਡਸ ਵਾਈਲ ਸਪੋਰਟਿੰਗ ਦੇਅਰ ਹਸਬੈਂਡ ਐਂਡ ਫੈਮਿਲੀਜ਼। ਲਾਈਫ ਇਜ਼ਨਟ ਈਜ਼ੀ, ਮਦਰਸ ਮੇਕ ਹੈਪਨ। ਤੇ ਉਹਨਾਂ ਗੀਤ ਗਰੇਵਾਲ ਨੂੰ ਮੈਂਸ਼ਨ ਵੀ ਕੀਤਾ ਹੈ। ਵੈਲ, ਪਰਮੇਸ਼ ਵਰਮਾ ਲਿਖਦੇ ਨੇ ਕਿ ਮਦਰਸ ਡੇ ਦੀਆਂ ਮੁਬਾਰਕਾਂ ਗੀਤ, ਤੂੰ ਆਪਣੀ ਲਿਟਲ ਗਰਲ ਦੇ ਲਈ ਕਾਫੀ ਸਾਰੇ ਰਾਸਤੇ ਲਾਈਟ ਕਰ ਰਹੀ ਹੈ, ਕਾਫੀ ਸਾਰੇ ਰਾਸਤੇ ਖੋਲ ਰਹੀ ਹੈ ਆਪਣੇ ਹਾਰਡ ਵਰਕ ਤੇ ਕੰਟੀਨਿਊਸ ਡੈਡੀਕੇਸ਼ਨ ਦੇ ਨਾਲ। ਉਹਨਾਂ ਇਹ ਵੀ ਲਿਖਿਆ ਕਿ ਇਹ ਮਦਰਸ ਡੇ ਹੈ ਜਿਹੜਾ ਉਹਨਾਂ ਵਿਮਨ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਜੋ ਕਿ ਨਾਲੇ ਮਦਰਿੰਗ ਕਰਦੀਆਂ ਨੇ, ਯਾਨੀ ਕਿ ਬੱਚਿਆਂ ਨੂੰ ਸੰਭਾਲਦੀਆਂ ਨੇ ਤੇ ਆਪਣੇ ਕੰਮ ਤੇ ਵੀ ਜਾਂਦੀਆਂ ਨੇ ਤੇ ਆਪਣੇ ਰਿਸਪੈਕਟਿਵ ਪ੍ਰੋਫੈਸ਼ਨ ਫੀਲਡਸ ਦੇ ਵਿੱਚ ਆਪਣਾ ਨਾਮ ਵੀ ਬਣਾਉਂਦੀਆਂ ਨੇ ਤੇ ਨਾਲ ਹੀ ਆਪਣੀ ਫੈਮਿਲੀ ਤੇ ਹਸਬੈਂਡ ਨੂੰ ਸਪੋਰਟ ਵੀ ਕਰਦੀਆਂ ਨੇ। ਪਰਮੇਸ਼ ਲਿਖਦੇ ਨੇ, ਲਾਈਫ ਸੌਖੀ ਨਹੀਂ ਹੁੰਦੀ ਬਲਕਿ ਮਾਵਾਂ ਬਣਾ ਦਿੰਦੀਆਂ ਨੇ, ਜਿਸ ਤੋਂ ਬਾਅਦ ਉਹਨਾਂ ਗੀਤ ਨੂੰ ਮੈਂਸ਼ਨ ਵੀ ਕੀਤਾ ਤੇ ਇਸ ਦੇ ਨਾਲ ਹੀ ਕਾਫੀ ਸਾਰੇ ਲੋਕਾਂ ਦੇ ਕਮੈਂਟ ਵੀ ਆਏ ਨੇ ਜੋ ਕਿ ਕਾਫੀ ਪੋਜ਼ਿਟਿਵ ਨੇ। ਸੋ ਤੁਹਾਡਾ ਇਸ ਦੇ ਲਈ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।